ਕਨੌਰੀ ਬਾਰਡਰ ਦੇ ਉੱਪਰ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਸੋਗ ਹਫ਼ਤਾ ਚੱਲ ਰਿਹਾ। ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨੀ ਸੰਮੇਲਨ ਅੱਜ ਕਨੌਰੀ ਬਾਰਡਰ ਦੇ ਉੱਪਰ ਰੱਖਿਆ ਹੋਇਆ। ਜਿਹੜੇ ਕਿਸਾਨ ਹੈਗੇ ਨੇ ਕਿਤੇ ਨਾ ਕਿਤੇ WTO ਦੇ ਖਿਲਾਫ਼ ਜਿਹੜੀ ਹੈਗੀ ਆ ਉਹ ਆਪਣਾ ਜਿਹੜਾ ਹੈਗਾ ਸੰਮੇਲਨ ਦੇ ਵਿੱਚ ਪਹੁੰਚੇ ਹੋਏ ਨੇ। ਕੁਝ ਬੁੱਧੀਜੀਵੀ ਵੀ ਜਿਹੜੇ ਹੈਗੇ ਨੇ ਆਏ ਹੋਏ ਨੇ। ਤਾਂ ਲਗਾਤਾਰ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਜਿਹੜਾ ਹੈਗਾ ਕਿਸਾਨਾਂ ਨੇ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਹਫ਼ਤਾ ਉਹ ਚਲਾ ਰਹੇ ਨੇ। ਇਸ ਅਲੱਗ ਅਲੱਗ ਜਿਹੜੇ ਹੈਗੇ ਨੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਗੱਲ ਕਰੀਏ ਤਾਂ ਕੱਲ ਇਸ ਜਗ੍ਹਾ ਦੇ ਉੱਪਰ ਹੈਗਾ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਸੀ ਸ਼ਹੀਦਾਂ ਦੀ ਇਨਸਾਫ਼ ਦੀ ਮੰਗ ਨੂੰ ਲੈ ਕੇ, ਅਤੇ ਅੱਜ ਜਿਹੜਾ ਹੈਗਾ ਕਿਸਾਨੀ ਸੰਮੇਲਨ ਕੀਤਾ ਜਾ ਰਿਹਾ। ਤਾਂ ਲਗਾਤਾਰ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਡੱਲੇਵਾਲ ਸਾਹਿਬ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਡੱਲੇ ਸਾਹਿਬ ਕਿਵੇਂ ਦੇਖਦੇ ਹੋ ਜੀ, ਡੱਲੇਵਾਲ ਸਾਹਿਬ ਕੀ ਸੰਮੇਲਨ ਕੀਤਾ ਜਾ ਰਿਹਾ, ਲਗਾਤਾਰ ਜਿਹੜਾ ਹੈਗਾ ਸੋਗ ਹਫ਼ਤਾ ਮਨਾਇਆ ਜਾ ਰਿਹਾ, ਅੱਜ ਦਾ ਕੀ ਪ੍ਰੋਗਰਾਮ ਆ? ਦੇਖੋ, ਸਾਡਾ ਅੱਜ ਪ੍ਰੋਗਰਾਮ ਇਹ ਸੀਗਾ ਕਿ ਅਸੀਂ ਆਪਦੇ ਕਿਸਾਨਾਂ ਨੂੰ WTO ਦੀਆਂ ਜੋ ਦੇਸ਼ ਪ੍ਰਤੀ ਮਾਰੂ ਨੀਤੀਆਂ ਨੇ, ਪਾਲਿਸੀਜ ਨੇ, ਉਹਨਾਂ ਤੋਂ ਅਵੇਅਰ ਕਰਨਾ। ਕੱਲ ਨੂੰ WTO ਦੀ ਮੀਟਿੰਗ ਹੋ ਰਹੀ ਹੈ ਦੁਬਈ ਦੇ ਅੰਦਰ, ਉਸ ਮੀਟਿੰਗ ਤੋਂ ਪਹਿਲਾਂ ਅਸੀਂ ਆਪਦੇ ਲੋਕਾਂ ਨੂੰ ਅਵੇਅਰ ਕਰਕੇ ਅਸੀਂ ਇਹ ਪ੍ਰੋਗਰਾਮ ਦੇਣਾ ਚਾਹ ਰਹੇ ਹਾਂ ਕਿ ਭਾਰਤ WTO ਦੀ ਮੀਟਿੰਗ ਦੇ ਵਿੱਚ ਜਾ ਰਿਹਾ ਹੈ ਔਰ ਸਟਰੋਂਗਲੀ ਸਾਡੀ ਗੱਲ ਰੱਖੇ ਕਿ ਐਗਰੀਕਲਚਰ ਸੈਕਟਰ ਨੂੰ WTO ਚੋਂ ਬਾਹਰ ਕੱਢਿਆ ਜਾਏ, ਕਿਉਂਕਿ ਜਿੰਨੀ ਦੇਰ ਤੱਕ ਐਗਰੀਕਲਚਰ ਸੈਕਟਰ WTO ਚੋਂ ਬਾਹਰ ਨਹੀਂ ਹੁੰਦਾ ਉਨੀ ਦੇਰ ਤੱਕ ਕਿਸੇ ਕੀਮਤ ਦੇ ਉੱਤੇ ਖੇਤੀ ਬਚਾਈ ਨਹੀਂ ਜਾ ਸਕਦੀ। ਖੇਤੀ ਨੂੰ ਲੁੱਟਣ ਦੀ ਪਾਲਿਸੀ WTO ਦੇ ਵਿੱਚ ਬਿਲਕੁਲ ਫਿੱਟ ਕੀਤੀਆਂ ਹੋਈਆਂ ਨੇ। ਸੋ ਇਸ ਕਰਕੇ ਅਸੀਂ ਇੱਥੇ ਪ੍ਰੋਗਰਾਮ ਰੱਖਿਆ। ਕੱਲ ਨੂੰ 26 ਤਰੀਕ ਹੈ, 26 ਤਰੀਕ ਨੂੰ ਅਸੀਂ ਪੂਰੇ ਭਾਰਤ ਦੇ ਅੰਦਰ ਹਰ ਪਿੰਡ ਚ ਕੋਸ਼ਿਸ਼ ਕਰਾਂਗੇ, ਹਰ ਕਸਬੇ ਚ ਕੋਸ਼ਿਸ਼ ਕਰਾਂਗੇ ਕਿ WTO ਦਾ, ਕਾਰਪੋਰੇਟ ਦਾ ਔਰ ਭਾਰਤ ਦੀ ਸਰਕਾਰ ਦਾ ਸਾਂਝਾ ਪੁਤਲਾ ਬਣਾ ਕੇ ਇੱਕ ਫੂਕਿਆ ਜਾਏ ਔਰ ਇਹਨਾਂ ਦੋਵਾਂ ਬਾਰਡਰਾਂ ਤੇ ਵੀ ਅਸੀਂ ਵੱਡੇ ਘੱਟੋ ਘੱਟ 20-20 ਫੁੱਟ ਉੱਚੇ ਮਤਲਬ ਪੁਤਲੇ ਬਣਾ ਕੇ ਉਹਨਾਂ ਦੇ ਫੂਕਾਂਗੇ। ਆਮ ਕਿਸਾਨਾਂ ਨੂੰ ਕਈ ਵਾਰ ਇਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਹੁੰਦੀ, ਤਾਂ ਅੱਜ ਸੰਮੇਲਨ ਦੇ ਵਿੱਚ ਜਾਣਕਾਰੀ ਦੇਣ ਦੇ ਲਈ ਕਿੰਨੇ ਕੁ ਬੁੱਧੀਜੀਵੀ ਪਹੁੰਚੇ ਨੇ, ਕੀ ਜਾਣਕਾਰੀ ਦਿੱਤੀ ਜਾ ਰਹੀ ਹੈ? ਇੱਕ ਤੁਹਾਡੇ ਸਾਹਮਣੇ ਹੁਣੇ ਮਤਲਬ ਪਾਂਧੀ ਸਾਹਿਬ ਬੋਲ ਕੇ ਗਏ ਨੇ, ਅਜੇਪਾਲ ਜੀ ਆ ਰਹੇ ਨੇ, ਅਜੇਪਾਲ ਬਰਾੜ, ਉਹਨਾਂ ਦੀ ਬਹੁਤ ਚੰਗੀ ਪਕੜ ਹੈ WTO ਤੇ, ਉਹ ਵੀ ਆ ਕੇ ਕਿਸਾਨਾਂ ਨਾਲ ਗੱਲਬਾਤ ਸਾਂਝੀ ਕਰਨਗੇ। ਦਿੱਲੀ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਕਿਤੇ ਨਾ ਕਿਤੇ ਪਹਿਲਾਂ ਟਕਰਾਵ ਦੀ ਸਥਿਤੀ ਸੀ, ਹੁਣ ਸ਼ਾਂਤਮਈ ਆ, ਅਗਲੀ ਰਣਨੀਤੀ ਕਿਸ ਤਰੀਕੇ ਨਾਲ ਕਿ ਨੁਕਸਾਨ ਵੀ ਨਾ ਹੋਵੇ, ਜਿਹੜੀਆਂ ਮੰਗਾਂ ਨੇ ਉਹ ਵੀ ਕਿਤੇ ਨਾ ਕਿਤੇ ਮੰਨੀਆਂ ਜਾ ਸਕਣ? ਦੇਖੋ, ਲੜਾਈ ਹਮੇਸ਼ਾ ਸ਼ਾਂਤਮਈ ਜਿੱਤੀ ਜਾਂਦੀ ਹੈ, ਕੋਸ਼ਿਸ਼ ਹੈ ਸਾਡੇ ਵੱਲੋਂ ਕਦੇ ਵੀ ਮਤਲਬ ਅੰਦੋਲਨ ਨੂੰ ਟਕਰਾਅ ਦੀ ਪੋਜੀਸ਼ਨ 'ਚ ਨਹੀਂ ਲੈ ਕੇ ਗਏ ਅਸੀਂ, ਲੇਕਿਨ ਇਹ ਤਾਂ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਉਸ ਵੇਲੇ ਫਿਰ ਕਿਸਾਨਾਂ ਦਾ ਇੱਕੋ ਹੀ ਰਸਤਾ ਹੁੰਦਾ ਕਿ ਸਾਨੂੰ ਫਿਰ ਦਿੱਲੀ ਜਾਣ ਦਿਓ। ਸੋ ਸਰਕਾਰ ਮਸਲੇ ਦਾ ਹੱਲ ਕਰੇ, ਕਿਸੇ ਦਾ ਕੋਈ ਮਤਲਬ ਨਹੀਂ ਹੈ। ਅਸੀਂ 27 ਤੇ 28 ਤਰੀਕ ਦੀਆਂ ਨੈਸ਼ਨਲ ਲੈਵਲ ਦੀਆਂ ਮੀਟਿੰਗਾਂ ਰੱਖੀਆਂ ਹੋਈਆਂ ਨੇ, ਉਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਵਿਚਾਰ ਚਰਚਾ ਕਰਨ ਤੋਂ ਬਾਅਦ 29 ਤਰੀਕ ਨੂੰ ਜਿਹੜੀ ਹੈ ਰਣਨੀਤੀ ਹੈ ਜਿਹੜੀ ਉਹ ਐਲਾਨ ਕਰਾਂਗੇ ਕਿ ਰਣਨੀਤੀ ਕੀ ਬਣਦੀ ਅੱਗੇ। ਸ਼ੁਭ ਕਰਨ ਦੀ ਮੌਤ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈਗੀ ਆ ਹਸਪੀਟਲ ਦੇ ਵਿੱਚ ਪਈ ਆ, ਕੀ ਗੱਲਬਾਤ ਹੋਈ ਆ ਹੁਣ ਤੱਕ ਸਰਕਾਰ ਨਾਲ, ਕਿਹੜੀ ਮੰਗ ਦੇ ਉੱਪਰ ਹਜੇ ਤੱਕ ਗਰਾਰੀ ਅੜੀ ਹੋਈ ਆ ਕਿ ਹਾਂ ਜਿਹੜਾ ਸਮਝੌਤਾ ਨਹੀਂ ਹੋ ਰਿਹਾ? ਦੇਖੋ, ਸਵਾਲ ਇਹ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹੀਦ ਦਾ ਦਰਜਾ ਦੇ ਦੇਣਾ ਵੱਖਰੀ ਗੱਲ ਹੈ, ਲੇਕਿਨ ਸ਼ਹੀਦ ਕਰਨ ਵਾਲਿਆਂ ਤੇ ਕੀ ਕਾਰਵਾਈ ਹੈ ਅਸੀਂ ਉਹ ਮੰਗ ਕਰਦੇ ਹਾਂ। ਜਿਹੜੀ ਸਰਕਾਰ ਨੇ ਜਿਨ੍ਹਾਂ ਨੇ ਸਾਡੇ ਨੌਜਵਾਨ ਦੇ ਗੋਲੀ ਮਾਰ ਕੇ ਸ਼ਹੀਦ ਕੀਤਾ ਹੈ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਸਾਡੇ ਟਰੈਕਟਰ ਤੋੜੇ ਗਏ ਨੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਸਾਡੇ ਇੱਥੋਂ 4 ਨੌਜਵਾਨ ਚੱਕ ਕੇ ਲਗਾਏ ਨੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਸੋ ਸਾਡਾ ਇਸ ਚੀਜ਼ ਦੇ ਉੱਤੇ ਮਤਲਬ ਪੇਜ ਫਸਿਆ ਹੋਇਆ। ਸਰਕਾਰ ਇਹਦੇ ਤੋਂ ਟਾਲ ਮਟੋਲ ਕਰ ਰਹੀ ਹੈ ਪੰਜਾਬ ਗਵਰਨਮੈਂਟ। ਜਿੰਨੀ ਦੇਰ ਤੱਕ ਇਨਸਾਫ਼ ਨਹੀਂ ਮਿਲਦਾ ਉਨੀ ਦੇਰ ਤੱਕ ਸ਼ੁਭ ਕਰਨ ਦੀ ਅਸੀਂ ਮਤਲਬ ਡੈਡ ਬੋਡੀ ਦੇ ਸੰਸਕਾਰ ਨਹੀਂ ਕਰਾਂਗੇ। ਪਰਿਵਾਰ ਸਹਿਮਤ ਆ? ਹੁਣ ਪਰਿਵਾਰ ਤੁਹਾਡੇ ਸਾਹਮਣੇ ਵਿੱਚ ਬੈਠਾ ਹੈ, ਪਰਿਵਾਰ ਸਹਿਮਤ ਹੈ। ਤਾਂ ਫਿਰ ਕਿਸ ਤਰੀਕੇ ਨਾਲ, ਕਿਉਂਕਿ ਸੀਐਮ ਸਾਹਿਬ ਤਾਂ ਕਹਿ ਵੀ ਚੁੱਕੇ ਨੇ ਵੀ ਅਸੀਂ ਕਰੋੜ ਰੁਪਇਆ ਨੌਕਰੀ ਵੀ ਦੇ ਦਾਂਗੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਹੋਊਗੀ, ਤਾਂ ਉਹ ਕਹਿ ਰਹੇ ਨੇ ਫਿਰ ਹੁਣ ਗ੍ਰਾਰੀ ਕਿੱਥੇ ਆ? ਕਾਰਵਾਈ ਕਰਦੇ ਹਨ। ਦੇਖੋ ਤਿੰਨ ਦਿਨ ਹੋ ਗਏ ਕਾਰਵਾਈ ਕਰਨ ਤੋਂ ਪਿੱਛੇ ਹਟੇ ਹੋਏ ਨੇ। ਕਾਰਵਾਈ ਕਰਦੇ ਨੇ, ਮੁਕੱਦਮਾ ਦਰਜ ਕਰਦੇ ਨੇ, FIR ਕਰਦੇ ਨੇ, ਫਿਰ ਅਸੀਂ ਉਹਦੇ ਮਤਲਬ ਡੈਡ ਬੋਡੀ ਦਾ ਸੰਸਕਾਰ ਕਰਾਉਣ ਲਈ ਐਗਰੀ ਆ, ਫਿਰ ਸਾਨੂੰ ਕੋਈ ਦਿੱਕਤ ਨਹੀਂ ਹੈ। ਕਿਸਾਨ ਦਿੱਲੀ ਵਧਣ ਦੇ ਲਈ ਆਏ ਸੀ, 29 ਤਰੀਕ ਨੂੰ ਵੱਡਾ ਐਲਾਨ ਹੋ ਸਕਦਾ ਕਿ ਦਿੱਲੀ ਵੱਲ ਵਧਿਆ ਜਾਵੇ? ਨਹੀਂ, ਇਹ ਮੈਂ ਪਹਿਲਾਂ ਵਕਤ ਤੋਂ ਪਹਿਲਾਂ ਮੇਰਾ ਖਿਆਲ ਆ ਕੁਛ ਕਹਿਣਾ ਠੀਕ ਨਹੀਂ ਹੋਏਗਾ। ਇਹ ਜਦੋਂ ਮੀਟਿੰਗ ਤੇ ਰੱਖਿਆ ਹੋਇਆ ਹੈ, ਮੀਟਿੰਗ ਚ ਕੀ ਹੋਣਾ ਹੈ ਇਹ ਫੈਸਲਾ ਮੀਟਿੰਗ ਚ ਹੋਏਗਾ। ਤਾਂ ਬਿਲਕੁਲ ਕਿਸਾਨ ਸੰਮੇਲਨ ਜਿਹੜਾ ਹੈਗਾ ਉਹ ਚੱਲ ਰਿਹਾ।